ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਸੁਰਖਾਬ ਸੇਖੋਂ ਵਿੱਚ। ਅੱਜ ਆਪਾਂ ਬਣਾਵਾਂਗੇ ਹਰਾ ਛੋਲੀਆ ਅਤੇ ਪਨੀਰ ਦੀ ਸਬਜ਼ੀ। ਸਭ ਤੋਂ ਪਹਿਲਾਂ ਆਪਾਂ ਆਪਣੇ ਖੇਤਾਂ ਦੇ ਵਿੱਚੋਂ ਹਰਾ ਛੋਲੀਆ ਪੱਟ ਕੇ ਲਿਆਂਦਾ ਹੈ। ਇਹ ਦੇਖੋ ਕਿੰਨਾ ਵਧੀਆ ਹਰਾ ਛੋਲੀਆ ਹੋਇਆ ਹੈ। ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮੁੱਢੋਂ ਪੱਟ ਲਿਆ ਹੈ ਅਤੇ ਇਹ ਦੇਖੋ ਕਿੰਨੇ ਵਧੀਆ ਇਹਨਾਂ ਦੇ ਵਿੱਚ ਮੋਟੇ ਮੋਟੇ ਦਾਣੇ ਬਣ ਚੁੱਕੇ ਹਨ। ਤੁਸੀਂ ਬਾਜ਼ਾਰ ਤੋਂ ਵੀ ਲੈ ਸਕਦੇ ਹੋ, ਬਾਜ਼ਾਰ ਤੋਂ ਆਪਾਂ ਨੂੰ ਇਸ ਤਰ੍ਹਾਂ ਦਾਣੇ ਕੱਢੇ ਹੋਏ ਵੀ ਮਿਲ ਸਕਦੇ ਹਨ। ਹੁਣ ਆਪਾਂ ਇਹਨਾਂ ਨੂੰ ਘਰ ਲਿਆ ਕੇ ਇਹਨਾਂ ਦੇ ਇਕੱਲੇ ਇਕੱਲੇ ਇਹਨਾਂ ਦੇ ਵਿੱਚੋਂ ਦਾਣੇ ਕੱਢ ਲਏ ਹਨ। ਇਹ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗਦਾ ਹੈ, ਪਰ ਜਿਹੜੀ ਘਰ ਦੀ ਚੀਜ਼ ਹੈ ਉਸਦਾ ਟੇਸਟ ਹੀ ਕੁਛ ਵੱਖਰਾ ਹੁੰਦਾ ਹੈ। ਹੁਣ ਇਸ ਤਰ੍ਹਾਂ ਆਪਾਂ ਸਾਰੇ ਦਾਣਿਆਂ ਨੂੰ ਕੱਢ ਲਿਆ ਹੈ ਅਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ। ਹੁਣ ਆਪਾਂ ਇਸ ਦੀ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਪਤੀਲਾ ਲਿਆ ਹੈ, ਉਸ ਦੇ ਵਿੱਚ 2 ਵੱਡੇ ਚਮਚ ਮੈਂ ਸਰ੍ਹੋਂ ਦੇ ਤੇਲ ਦੇ ਪਾਏ ਹਨ। ਜਦੋਂ ਆਪਣੇ ਸਰ੍ਹੋਂ ਦਾ ਤੇਲ ਗਰਮ ਹੋ ਗਿਆ ਤਾਂ ਉਸ ਦੇ ਵਿੱਚ 1/2 ਚਮਚ ਆਪਾਂ ਜੀਰਾ ਐਡ ਕਰ ਲਿਆ ਹੈ ਅਤੇ ਇਸ ਦੇ ਵਿੱਚ ਆਪਾਂ ਬਰੀਕ ਮਿਕਸ ਕੀਤਾ ਹੋਇਆ ਲਸਣ ਅਤੇ ਅਦਰਕ ਦਾ ਪੇਸਟ ਪਾ ਲਿਆ ਹੈ। ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬਰਾਊਨ ਹੋਣ ਤੱਕ ਭੁੰਨ ਲਵਾਂਗੇ, ਕਿਉਂਕਿ ਜਦੋਂ ਵੀ ਆਪਾਂ ਕੋਈ ਗ੍ਰੇਵੀ ਵਾਲੀ ਸਬਜ਼ੀ ਬਣਾਉਂਦੇ ਹਾਂ ਤਾਂ ਉਸ ਦੇ ਲਈ ਤੜਕਾ ਭੁੰਨਣਾ ਬਹੁਤ ਜ਼ਰੂਰੀ ਹੈ। ਜਿੰਨਾ ਜ਼ਿਆਦਾ ਵਧੀਆ ਆਪਾਂ ਤੜਕਾ ਭੁੰਨਾਂਗੇ ਉਨਾ ਹੀ ਉਸਦਾ ਟੇਸਟ ਜ਼ਿਆਦਾ ਵਧੀਆ ਆਵੇਗਾ। ਹੁਣ ਆਪਣਾ ਲਸਣ ਅਤੇ ਅਦਰਕ ਥੋੜ੍ਹਾ ਬਰਾਊਨ ਹੋ ਚੁੱਕਾ ਹੈ। ਹੁਣ ਇਸ ਦੇ ਵਿੱਚ ਮੈਂ 3 ਪਿਆਜ਼ਾਂ ਦੀ ਪਿਊਰੀ ਬਣਾ ਕੇ ਐਡ ਕਰ ਲਈ ਹੈ। ਇਹਨਾਂ ਨੂੰ ਮੈਂ ਮਿਕਸਰ ਗ੍ਰਾਈਂਡਰ ਦੇ ਵਿੱਚ ਪਾ ਕੇ ਬਰੀਕ ਕਰ ਲਿਆ ਸੀ। ਤੁਸੀਂ ਇਹਨਾਂ ਨੂੰ ਡੰਡੇ ਕੁੰਡੇ ਦੇ ਨਾਲ ਕੁੱਟ ਕੇ ਵੀ ਪਾ ਸਕਦੇ ਹੋ ਅਤੇ ਬਰੀਕ ਕੱਟ ਕੇ ਵੀ ਇਹਨਾਂ ਨੂੰ ਤੁਸੀਂ ਐਡ ਕਰ ਸਕਦੇ ਹੋ। ਹੁਣ ਆਪਾਂ ਪਿਆਜ਼ਾਂ ਨੂੰ ਵੀ ਭੁੰਨ ਲਿਆ ਹੈ। ਪਿਆਜ਼ ਭੁੰਨਣ ਤੋਂ ਮਗਰੋਂ ਇਸ ਦੇ ਵਿੱਚ ਆਪਾਂ 3 ਟਮਾਟਰਾਂ ਦੀ ਪਿਊਰੀ ਪਾ ਦੇਵਾਂਗੇ। ਇਸ ਦੇ ਵਿੱਚ ਮੈਂ 3 ਟਮਾਟਰ ਮੀਡੀਅਮ ਸਾਈਜ਼ ਦੇ ਅਤੇ 3 ਹਰੀਆਂ ਮਿਰਚਾਂ ਐਡ ਕੀਤੀਆਂ ਹਨ ਅਤੇ ਇਹਨਾਂ ਦੀ ਆਪਾਂ ਪਿਊਰੀ ਤਿਆਰ ਕਰ ਲਈ ਹੈ। ਹੁਣ ਆਪਾਂ ਪਿਆਜ਼ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਕਿ ਇਸ ਦਾ ਕੱਚਾਪਨ ਦੂਰ ਹੋ ਜਾਵੇ। ਇਹ ਦੇਖੋ ਹੁਣ ਆਪਣਾ ਤੜਕਾ ਭੁੱਜ ਚੁੱਕਾ ਹੈ, ਉਸਨੇ ਤੇਲ ਵੀ ਰਿਲੀਜ਼ ਕਰ ਦਿੱਤਾ ਹੈ। ਹੁਣ ਇਸ ਵਿੱਚ ਆਪਾਂ ਬੇਸਿਕ ਮਸਾਲੇ ਪਾਵਾਂਗੇ। ਇਸ ਦੇ ਵਿੱਚ ਆਪਾਂ 1/2 ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ, 1/2 ਚਮਚ ਹਲਦੀ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਐਡ ਕੀਤਾ ਹੈ ਅਤੇ 1/2 ਚਮਚ ਇਸ ਦੇ ਵਿੱਚ ਆਪਾਂ ਗਰਮ ਮਸਾਲਾ ਐਡ ਕਰਾਂਗੇ ਅਤੇ 1/2 ਚਮਚ ਹੀ ਇਸ ਦੇ ਵਿੱਚ ਧਨੀਆ ਪਾਊਡਰ ਐਡ ਕਰਾਂਗੇ। ਤੁਸੀਂ ਲੂਣ ਅਤੇ ਮਿਰਚ ਨੂੰ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਕਰ ਸਕਦੇ ਹੋ। ਹੁਣ ਆਪਾਂ ਇਹ ਮਸਾਲੇ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ। ਇਹ ਇਸ ਸੀਜ਼ਨ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਵੀ ਆਪਾਂ ਨੂੰ ਹਰਾ ਛੋਲੀਆ ਮਿਲ ਜਾਂਦਾ ਹੈ। ਤੁਸੀਂ ਜ਼ਰੂਰ ਇਸ ਨੂੰ ਲਿਆਇਓ ਅਤੇ ਸਬਜ਼ੀ ਬਣਾਇਓ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਅਤੇ ਹੈਲਦੀ ਵੀ ਬਹੁਤ ਹੁੰਦੀ ਹੈ। ਇਹ ਦੇਖੋ ਜਿੰਨੀ ਤਰ੍ਹਾਂ ਆਪਣਾ ਤੜਕਾ ਭੁੱਜ ਰਿਹਾ ਹੈ, ਮੈਂ ਤੁਹਾਨੂੰ ਦਿਖਾਉਂਦੀ ਹਾਂ। ਆਪਾਂ ਇਹ ਸਾਰਾ ਛੋਲੀਆ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ। ਹੁਣ ਆਪਾਂ ਦੇਖਦੇ ਹਾਂ ਆਪਣਾ ਤੜਕਾ ਵੀ ਭੁੱਜ ਚੁੱਕਾ ਹੈ। ਇਸ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ ਅਤੇ ਇਸ ਨੂੰ ਆਪਾਂ ਹੋਰ ਥੋੜ੍ਹੇ ਟਾਈਮ ਦੇ ਲਈ ਚੰਗੀ ਤਰ੍ਹਾਂ ਭੁੰਨ ਲਵਾਂਗੇ। ਹੁਣ ਦੇਖੋ ਆਪਣਾ ਤੜਕਾ ਬਹੁਤ ਹੀ ਵਧੀਆ ਢੰਗ ਨਾਲ ਭੁੱਜ ਚੁੱਕਾ ਹੈ। ਹੁਣ ਇਸ ਦੇ ਵਿੱਚ ਆਪਾਂ
ਛੋਲੀਆ ਐਡ ਕਰ ਦੇਵਾਂਗੇ ਅਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਇਹ ਸਬਜ਼ੀ ਬਣਨ 'ਤੇ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਜੋ ਵੀ ਆਪਣਾ ਛੋਲੀਆ ਹੁੰਦਾ ਹੈ ਇਹ ਬਹੁਤ ਜ਼ਿਆਦਾ ਹਾਰਡ ਨਹੀਂ ਹੁੰਦਾ, ਇਹ ਕੂਲਾ ਜਿਹਾ ਹੀ ਹੁੰਦਾ ਹੈ ਅਤੇ ਇਹ ਬਹੁਤ ਹੀ ਜਲਦੀ ਗਲ ਵੀ ਜਾਂਦਾ ਹੈ। ਹੁਣ ਆਪਾਂ ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਅਤੇ ਇਸ ਨੂੰ ਆਪਾਂ ਕਵਰ ਕਰਕੇ ਪੱਕਣ ਦੇਵਾਂਗੇ। ਹੁਣ ਆਪਾਂ ਇਸਨੂੰ ਚੈੱਕ ਕਰਦੇ ਹਾਂ। ਇਹ ਦੇਖੋ ਆਪਣਾ ਛੋਲੀਆ ਕਾਫੀ ਵਧੀਆ ਸੌਫਟ ਹੋ ਚੁੱਕਾ ਹੈ। ਹੁਣ ਇਸ ਦੇ ਵਿੱਚ ਆਪਾਂ ਲੋੜ ਅਨੁਸਾਰ ਪਾਣੀ ਐਡ ਕਰ ਲਵਾਂਗੇ। ਤੁਸੀਂ ਜਿੰਨੀ ਵੀ ਗ੍ਰੇਵੀ ਚਾਹੁੰਦੇ ਹੋ ਤੁਸੀਂ ਪਾਣੀ ਐਡ ਕਰ ਸਕਦੇ ਹੋ। ਮੈਂ ਇੱਥੇ ਤਕਰੀਬਨ 1 ਲੀਟਰ ਪਾਣੀ ਐਡ ਕਰ ਲਿਆ ਹੈ ਅਤੇ ਹੁਣ ਇਸ ਨੂੰ ਫਿਰ ਕਵਰ ਕਰਕੇ ਬਣ ਦੇਵਾਂਗੇ। ਇਹ ਦੇਖੋ ਕਿੰਨਾ ਵਧੀਆ ਆਪਣੀ ਸਬਜ਼ੀ ਰਿੱਝ ਰਿੱਝ ਕੇ ਤਿਆਰ ਹੋ ਰਹੀ ਹੈ। ਜਿਸ ਜਿਸ ਤਰ੍ਹਾਂ ਇਹ ਰਿੱਝੇਗੀ ਉਸੇ ਤਰ੍ਹਾਂ ਹੀ ਇਸ ਦੀ ਗ੍ਰੇਵੀ ਵੀ ਥਿੱਕ ਹੁੰਦੀ ਜਾਵੇਗੀ। ਹੁਣ ਇਸ ਦੇ ਵਿੱਚ ਆਪਾਂ ਪਨੀਰ ਐਡ ਕਰ ਲਵਾਂਗੇ। ਅਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਫਿਰ ਮਿਕਸ ਕਰਾਂਗੇ ਅਤੇ ਕਵਰ ਕਰਕੇ ਇਸ ਨੂੰ ਆਪਾਂ ਫਿਰ 5 ਤੋਂ 7 ਮਿੰਟ ਦੇ ਲਈ ਪੱਕਣ ਦੇਵਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੇ ਬੈੱਲ ਆਈਕਨ ਬਟਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਇਹ ਦੇਖੋ ਜੀ ਹੁਣ ਆਪਾਂ ਤੁਹਾਨੂੰ ਚੈੱਕ ਕਰਕੇ ਦਿਖਾਉਂਦੇ ਹਾਂ ਕਿ ਆਪਣੇ ਛੋਲੀਏ ਦੇ ਦਾਣੇ ਬਿਲਕੁਲ ਚੰਗੀ ਤਰ੍ਹਾਂ ਗਲ ਚੁੱਕੇ ਹਨ। ਹੁਣ ਤਕਰੀਬਨ ਆਪਣੀ ਸਬਜ਼ੀ ਬਣ ਕੇ ਰੈਡੀ ਹੈ। ਜੇਕਰ ਤੁਸੀਂ ਚਾਹੋ ਤਾਂ ਗ੍ਰੇਵੀ ਹੋਰ ਸੰਘਣੀ ਕਰ ਸਕਦੇ ਹੋ, ਬਟ ਮੈਂ ਥੋੜ੍ਹੀ ਗ੍ਰੇਵੀ ਪਤਲੀ ਹੀ ਰੱਖੀ ਹੈ ਤਾਂ ਕਿ ਆਪਾਂ ਇਹਨਾਂ ਨੂੰ ਚੌਲਾਂ ਦੇ ਨਾਲ ਵੀ ਖਾ ਸਕੀਏ। ਇਹ ਦੇਖੋ ਜੀ ਆਪਣੀ ਸਬਜ਼ੀ ਬਣ ਕੇ ਰੈਡੀ ਹੈ। ਦੇਖੋ ਜੀ ਕਿੰਨੀ ਜਮੀ ਜਮੀ ਸਬਜ਼ੀ ਬਣ ਕੇ ਰੈਡੀ ਹੋ ਚੁੱਕੀ ਹੈ। ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।